ਕੀਤਾ ਉਹ ਮੁੰਡੇ ਨੇ ਕਿਹਾ ਮੈਂ ਵੀ ਆਪਣੇ ਡੈਡੀ ਦੀ ਇੱਜ਼ਤ ਨਹੀਂ ਕਰਦਾ ਸੀ ਤੇ ਇੱਕ ਦਿਨ ਮੇਰੇ ਡੈਡੀ ਨੇ ਮੈਨੂੰ ਬਹੁਤ ਕੁੱਟਿਆ ਤੇ ਕਿਹਾ ਕੁੱਤਿਆ ਜਾ ਕੰਮ ਕਰ ਮੈਂ ਕਿਹਾ ਡੈਡੀ ਮੈਂ ਕੰਮ ਨਹੀਂ ਕਰਨਾ ਮੈਂ ਪੜ੍ਹਨਾ ਵੀ ਨਹੀਂ ਤੇ ਮੇਰੇ ਡੈਡੀ ਨੇ ਮੈਨੂੰ ਬਹੁਤ ਸਮਝਾਇਆ ਕਿ ਤੂੰ ਪੜ੍ਹ ਲਾ ਕੁਛ ਤੇਰੀ ਨੌਕਰੀ ਲੱਗ ਜੂ ਨਹੀਂ ਤਾਂ ਵੱਡਾ ਹੋ ਕੇ ਤੂੰ ਭਿਖਾਰੀਆਂ ਵਾਂਗੂ ਇੱਧਰ ਉੱਧਰ ਭਟਕੇਗਾ ਫਿਰ ਇੱਕ ਦਿਨ ਮੈਂ ਇਹੋ ਜਿਹਾ ਸੋਚਿਆ ਕਿ ਮੈਂ ਫਿਰ ਮੈਂ ਆਪਣੇ ਡੈਡੀ ਨਾਲ ਮੈਂ ਵੀ ਜਾਣਾ ਕੰਮ 'ਤੇ ਹੇਅਰ ਡਰੈਸਰ ਹਾਂ ਮੈਂ ਕਟਿੰਗ ਕਰਦਾ ਸੋ ਇੱਥੋਂ ਸਕੂਲ ਜਾਊਂਗਾ 4 ਵਜੇ 5 ਵਜੇ ਦੁਕਾਨ 'ਤੇ ਫਿਰ ਰਾਤ ਦੇ 11 ਵਜੇ ਆਉਣਾ ਵਾ 5 ਘੰਟੇ ਸੋਣਾ ਸਵੇਰੇ 7-8 ਵਜੇ ਉੱਠ ਕੇ ਸਕੂਲ ਲੈ ਆ ਜਾਣਾ ਅਤੇ ਮੈਂ ਪੜ੍ਹਾਈ ਦੀ ਇੱਜ਼ਤ ਨਹੀਂ ਕਰਦਾ ਸੀ ਪਹਿਲਾਂ ਮੈਂ ਪ੍ਰਾਈਵੇਟ ਸਕੂਲ 'ਚ ਪੜ੍ਹਦਾ ਸੀ ਉੱਥੇ ਮੈਂ 3-4 ਕਲਾਸ 'ਚ ਪੜ੍ਹਦਾ ਸੀ ਮੈਡਮ ਆਉਂਦੀ ਆ ਕੇ ਕਲਾਸ 'ਚ ਗਾਣੇ ਸੁਣਨ ਲੱਗ ਜਾਂਦੀ ਨਾ ਪੜ੍ਹਾਉਂਦੀ ਨਾ ਕੁਛ ਸਾਰੇ ਬੱਚੇ ਇੱਦਾਂ ਹੀ ਟਾਈਮ ਪਾਸ ਫਿਰ ਮੈਂ ਸਰਕਾਰੀ ਸਕੂਲ 'ਚ ਲੱਗ ਗਿਆ ਮੇਰੇ ਡੈਡੀ ਨੇ ਕਿਹਾ ਮੈਂ ਤੇਰੀ ਪ੍ਰਾਈਵੇਟ ਸਕੂਲ ਦੀ ਫੀਸ ਨਹੀਂ ਦੇ ਸਕਦਾ ਅਤੇ ਮੈਂ ਤੈਨੂੰ ਸਰਕਾਰੀ ਸਕੂਲ 'ਚ ਲਾਉਣਾ ਮੈਂ ਉਰੇ ਆਇਆ ਉਰੇ ਮੈਨੂੰ ਬਹੁਤ ਮਾਰ ਪਈ ਕਿ ਪੜ੍ਹ ਲਾ ਕੁੱਤਿਆ ਮੈਂ 5ਵੀਂ ਕਲਾਸ 'ਚ ਲੱਗਾ ਸੀ ਅਤੇ ਉਹ ਪ੍ਰਾਇਮਰੀ ਸਕੂਲ ਦੇ ਸਰ ਸੀ ਉਹਨਾਂ ਨੇ ਮੈਨੂੰ ਬਹੁਤ ਸਮਝਾਇਆ ਮੈਂ ਮੈਥ 'ਚ ਬਹੁਤ ਤੇਜ਼ ਸੀ ਹੁਣ ਮੈਂ ਦੇਖੋ ਮੈਥ 'ਚ ਨਹੀਂ ਤੇਜ਼ ਹੈਗਾ ਸਾਰਿਆਂ 'ਚ ਮੈਂ ਸਾਰਾ ਕੁਛ ਭੁੱਲ ਗਿਆ ਪਰ ਮੈਂ ਪੜ੍ਹਦਾ ਨਹੀਂ ਹੁਣ ਮੈਂ ਦੇਖੋ 9ਵੀਂ 'ਚ ਤੁਹਾਨੂੰ ਪਾਸ ਹੋ ਕੇ ਦਿਖਾਊਂਗਾ ਮੈਂ ਪੜ੍ਹਦਾ ਨਹੀਂ ਆਪਣੀ ਕਲਾਸ 'ਚੋਂ ਪੁੱਛ ਲਓ ਸਾਰਿਆਂ ਤੋਂ ਮੈਂ ਸਿਰਫ ਖੇਡਦਾ ਰਹਿੰਦਾ ਕਲਾਸਾਂ 'ਚ ਇਸ ਲਈ ਮੈਂ ਸਾਰਿਆਂ ਨੂੰ ਇਹ ਕਹਿੰਦਾ ਤੁਸੀਂ ਪੜ੍ਹ ਲਓ ਮੈਂ ਪੜ੍ਹਨਾ ਚਾਹੁੰਦਾ ਸੀ ਪਰ ਮੈਂ ਪੜ੍ਹ ਨਹੀਂ ਪਾ ਰਿਹਾ ਹੁਣ ਮੈਂ ਪੜ੍ਹੂੰਗਾ ਅਤੇ ਤੁਹਾਨੂੰ ਪਾਸ ਹੋ ਕੇ ਦਿਖਾਊਂਗਾ ਦੇਖਿਓ ਸਾਰੇ ਪਹਿਲੀ ਵਾਰੀ ਬੋਲਿਆ ਯਾਰ ਆਹ ਹੁੰਦੀਆਂ ਸੱਚੀਆਂ ਰੂਹਾਂ ਇਹ ਬਾਈ ਸੇਮ ਮੇਰੀ ਕਾਪੀ ਹੈ ਜੋ ਇਹਦਾ ਬੰਦਾ ਪਤਾ ਕੀ ਹੁੰਦਾ ਭੈਣੋ ਜਦੋਂ ਮੈਂ ਆਪਣੀ ਮੇਰੀ ਨਾ ਜਿਹੜੀ ਫੇਵਰੇਟ ਟੀਚਰ ਸੀ 12ਵੀਂ ਦੇ ਵਿੱਚ ਇੱਕ ਮੇਰੇ ਟੀਚਰ ਸੀ ਫੇਵਰੇਟ ਅਤੇ ਮੈਂ ਉਹਨਾਂ ਦਾ ਸਬਜੈਕਟ 'ਚ ਹਮੇਸ਼ਾ ਹੀ ਫੇਲ ਹੁੰਦਾ ਸੀ ਅਤੇ ਮੈਂ ਕਹਿੰਦਾ ਮੈਡਮ ਤੁਸੀਂ ਮੇਰੇ ਫੇਵਰੇਟ ਨੂੰ ਗੱਲ ਸਮਝ ਆਉਂਦੀ ਹੈ ਪਰ ਮੈਡਮ ਕਹਿੰਦੇ ਸੀ ਤੂੰ ਵੀ ਮੇਰਾ ਫੇਵਰੇਟ ਬੱਚਾ ਮੈਂ ਕਿਹਾ ਇਹ ਗੱਲ ਨਹੀਂ ਸਮਝ ਆਉਂਦੀ ਕਿ ਇੱਕ ਫੇਲੀਅਰ ਬੰਦਾ ਕਿਹਦੇ ਦਾ ਫੇਵਰੇਟ ਹੋ ਸਕਦਾ ਕਲਾਸ 'ਚ ਬੱਚਾ ਫੇਲ ਹੁੰਦਾ ਹਰ ਵਾਰੀ ਮੈਡਮ ਕਹਿ ਸਕਦੀ ਕਿ ਇਹ ਮੇਰਾ ਫੇਵਰੇਟ ਬੱਚਾ ਪਰ ਮੇਰੀ ਟੀਚਰ ਨੇ ਮੈਨੂੰ ਕਿਹਾ ਸੀ ਕਿਉਂ ਕਹਿੰਦੀ ਬੇਟਾ ਬੱਚੇ ਜ਼ਰੂਰ ਪੜ੍ਹਾਈਆਂ ਦੇ ਪਾਸ ਕਰ ਲੈਂਦੇ ਆ ਪੇਪਰ ਪਾਸ ਕਰ ਲੈਂਦੇ ਪਰ ਜ਼ਿੰਦਗੀ ਦਾ ਪੇਪਰ ਫੇਲ ਕਰ ਲੈਂਦੇ ਆ ਹੁਣ ਵਧੀਆ ਡਾਕਟਰ ਬਣਨ ਵਾਸਤੇ ਕਿੰਨੀ ਪੜ੍ਹਾਈ ਕਰਨੀ ਪੈਂਦੀ ਹੈ ਬਹੁਤ ਪੜ੍ਹਾਈ ਕਰਨੀ ਪੈਂਦੀ ਨਾ ਪਰ ਉਹ ਇੰਨੀ ਪੜ੍ਹਾਈ ਕਰਕੇ ਵੀ ਇੱਕ ਕੁੜੀ ਨੂੰ ਕੁੱਖ 'ਚ ਮਾਰਨ ਦੀ ਹੈਲਪ ਕਰ ਰਿਹਾ ਉਹ ਡਾਕਟਰ ਹੁਣ ਸੋਚ ਲਓ ਕੁਛ ਵੀ ਬਣਨ ਤੋਂ ਪਹਿਲਾਂ ਜਿਹੜਾ ਬੰਦਾ ਇਨਸਾਨ ਬਣ ਜਾਵੇ ਨਾ ਉਹ ਜ਼ਿੰਦਗੀ 'ਚ ਕਦੀ ਮਾਰ ਨਹੀਂ ਖਾਊਗਾ ਪਰ ਮੈਨੂੰ ਖੁਸ਼ੀ ਹੈ ਇਸ ਬਾਈ ਨੇ ਜਿਹੜੀ ਵੀ ਸਟੋਰੀ ਸੁਣਾਈ ਕਿਆ ਮਤਲਬ ਸਿੱਧਾ ਦਿਲ ਖੋਲ੍ਹ ਕੇ ਰੱਖਤਾ ਬੰਦੇ ਨੇ ਯਾਰ ਕੋਈ ਬੋਲਦਾ ਆਪਣੇ ਬਾਰੇ ਅੱਧਾ ਆਹ ਦੇਖੋ ਸੱਚੀਆਂ ਰੂਹਾਂ ਔਰ ਮੈਂ ਦੁਆ ਕਰਦਾ ਕਿ ਇਹਦੀ ਰੱਬ ਇਹਦੀ ਮਿਹਨਤ ਨੂੰ ਇੰਨੀ ਕੁ ਲਾਜ ਲਾਵੇ ਅਤੇ ਤੁਸੀਂ ਇੰਨੀਆਂ ਕੁ ਤਰੱਕੀਆਂ ਕਰੋ ਜਿਹੜੀ ਅੱਗ ਤੁਹਾਡੇ ਅੰਦਰ ਅੱਜ ਚੱਲ ਰਹੀ ਹੈ ਬੰਦ ਨਹੀਂ ਹੋਣੀ ਚਾਹੀਦੀ ਇਹ ਚੱਲਦੀ ਰਹਿਣੀ ਚਾਹੀਦੀ ਹੈ ਠੀਕ ਹੈ ਆ ਮੁੰਡੇ ਲਈ ਜ਼ੋਰ ਕੇ ਤਾੜੀਆਂ ਲਾਓ ਉਹ ਯਾਰ ਬਾਈ ਦੱਸ ਯਾਰ ਉਹ ਕੁੜੀਆਂ ਰੋਂਦੀਆਂ ਚੁੱਪ ਕਰਾਈਆਂ ਮੈਂ ਮੁੰਡੇ ਕਿਤੇ ਨਹੀਂ ਰੋਂਦੇ ਹੁੰਦੇ ਆ ਪਹਿਲਾ ਮੁੰਡਾ ਸਕੂਲ ਦੇ ਵਿੱਚ ਜਿਹੜਾ ਰੋਵੇ ਰੋ ਕਿਉਂ ਪਿਆ ਉਹ ਤੇਰੀ ਭੈਣ ਤਾਂ ਨਹੀਂ ਕੁੱਟਦੀ ਇਹਦੇ ਮਾਂ ਬਾਪ ਰੋਂਦੇ ਜਦੋਂ ਨਹੀਂ ਪੜ੍ਹਦਾ ਕੋਈ ਗੱਲ ਨਹੀਂ ਯਾਰ ਮੇਰੇ ਕੋਲ ਜਿਵੇਂ ਮੈਨੂੰ ਵਾਈਪਰਾਂ ਨਾਲ ਕੁੱਟ ਪੈਂਦੀ ਹੁੰਦੀ ਸੀ ਕੋਈ ਗੱਲ ਨਹੀਂ ਫਿਰ ਕੀ ਹੋਇਆ ਆਪਾਂ ਪੜ੍ਹਨਾ ਸ਼ੁਰੂ ਕਰਾਂਗੇ ਜੇ ਨਹੀਂ ਪੜ੍ਹ ਹੁੰਦਾ ਟੀਚਰ ਨੂੰ ਕਹੋ ਉਹ ਸਾਨੂੰ ਤਰੀਕੇ ਦੱਸੋ ਪੜ੍ਹਨ ਦੇ ਪਰ ਬਾਈ ਤੂੰ ਦਿਲ ਦਾ ਬੰਦਾ ਬਹੁਤ ਸਾਫ਼ ਹੈ ਮੈਂ ਦਿਲੋਂ ਇਹ ਗੱਲ ਕਹਿ ਰਿਹਾ ਦਿਲ ਦੇ ਬੰਦੇ ਸਾਫ਼ ਤੋਂ ਪਤਾ ਲੱਗ ਜਾਂਦਾ ਠੀਕ ਹੈ ਟੈਨਸ਼ਨ ਨਾ ਲਿਆ ਕਰੋ ਗੋਡ ਬੈਸ ਯੂ